ਨਿਰਮਾਣ ਇੱਕ ਵਾਰੀ ਦੁਬਾਰਾ ਕਲੀਅਰ ਕਰ ਦਿਓ, ਨਹੀਂ ਰਿਮਾਂਡ ਕੋਈ ਨਹੀਂ, ਇਹਨਾਂ ਨੇ ਦੱਸ ਦਿਆਂ ਦੇ ਰਿਮਾਂਡ ਦੀ ਮੰਗ ਕੀਤੀ ਸੀ, ਪਰ ਜੱਜ ਸਾਹਿਬ ਨੇ ਜਿਹੜਾ ਇਹਨਾਂ ਨੂੰ ਕਿਹਾ, ਜਿਹੜਾ ਕੋਈ ਬਣਾਈ ਸੀ ਵੀਡੀਓ ਕਹਿੰਦੇ ਸੀ ਉਹ ਇਹ ਪੇਸ਼ ਨਹੀਂ ਕਰ ਸਕੇ, ਤੇ ਇਹ ਕਰਕੇ ਫਿਰ ਉਹਨਾਂ ਨੇ ਕਿਹਾ ਵੀ ਨਹੀਂ ਉਹਨਾਂ ਦਾ ਕੋਈ ਘੰਟਾ ਡੇਢ ਦਾ ਸਮਾਂ ਹੋਇਆ, ਕਿਵੇਂ ਜੁਡੀਸ਼ੀਅਲ ਹਰਾਸ ਦੇ ਵਿੱਚ ਨਹੀਂ ਨਹੀਂ ਕੋਈ ਕੀ ਕੋਈ ਟਿੱਪਣੀ ਕੀਤੀ ਕੋਰਟ ਨੇ ਇਸ ਪੂਰੇ ਮਸਲੇ ਤੇ? ਨਹੀਂ ਦੇਖੋ, ਅਸੀਂ ਤਾਂ ਬਾਹਰ ਹੀ ਖੜੇ ਹੈਗਾ, ਸਾਨੂੰ ਜਿੰਨੇ ਇਹ ਖਬਰ ਮਿਲੀ ਆ ਕਿ ਉੱਥੇ ਜਿਹੜਾ ਜੁਡੀਸ਼ੀਅਲ ਹਰਾਸ ਦੇ ਵਿੱਚ ਭੇਜਤਾ ਉਹਨਾਂ ਨੇ, ਤੇ ਬਾਅਦ ਦੇ ਵਿੱਚ ਇਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਹੋਰ ਆਸੇ ਪਾਸਿਓਂ ਫੋਨ ਘੁਮਾ ਕੇ ਇਹ ਜਿਹੜਾ ਸਾਨੂੰ ਰਿਮਾਂਡ ਦਿੱਤਾ ਜਾਵੇ, ਉਹਨਾਂ ਨੇ ਕਿਹਾ ਹੁਣੇ ਇਹਨਾਂ ਨੂੰ ਭੇਜੋ। ਜੋ ਕਾਰਵਾਈ ਇਸ ਵਕਤ ਪੁਲਿਸ ਨੇ ਇੱਕ ਡੇਢ ਘੰਟਾ ਅੰਦਰ ਕੋਰਟ ਦੇ ਕੀਤੀ ਇਹਨੂੰ ਕਿਵੇਂ ਵੇਖਦੇ? ਇਹ ਦੇਖੋ, ਤੁਹਾਨੂੰ ਪਹਿਲਾਂ ਤਾਂ ਦੱਸ ਰਹੇ ਹਾਂ ਕਿ ਸਾਜਿਸ਼ ਕੋਈ ਕਰ ਰਹੇ ਆ, ਇਹ ਸਾਡੇ ਪਰਿਵਾਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਦੇ ਕੋਈ ਨਾ ਕੋਈ ਜਿਹੜਾ ਵਾ ਬੜਾ ਤਕੜਾ ਸਾਜਿਸ਼ ਰਚੀ ਜਾ ਰਹੀ ਹੈ। ਇੰਨੇ ਕਈ ਘੰਟੇ ਲਗਾਤਾਰ ਅੰਦਰ ਕਾਰਵਾਈ ਚੱਲਦੀ ਰਹੀ, ਕੀ ਕੁਝ ਕੋਈ ਪਤਾ ਲੱਗਿਆ ਕੀ ਗੱਲਬਾਤ ਹੋਈ ਅੰਦਰ? ਬਸ ਇਹੀ ਦੁਬਾਰਾ ਦੁਬਾਰਾ ਕਰ ਰਹੇ ਸੀਗੇ ਕਿ ਸਾਨੂੰ ਕਿਸ ਤਰ੍ਹਾਂ ਪਤਾ ਨਹੀਂ ਹੁਣ ਕਿਹਦੇ ਕੋਲ ਫੋਨ ਕਰਾ ਰਹੇ ਸੀਗੇ ਵੀ ਜੱਜ ਕਿਸ ਤਰ੍ਹਾਂ ਸਾਡਾ ਜਿਹੜਾ ਰਿਮਾਂਡ ਦਿੱਤਾ, ਰਿਮਾਂਡ ਦੀ ਜ਼ਰੂਰਤ ਆ ਇਸ ਕਰਕੇ ਇੱਥੋਂ ਹੁਣ ਅੱਜ ਸ਼ਾਇਦ ਨਹੀਂ ਭੇਜਣਗੇ, ਕਹਿੰਦੇ ਕਿ ਇਸ ਟਾਈਮ ਲੈਂਦੇ ਨਹੀਂ ਕੋਰਟ ਦੇ ਵਿੱਚ ਉੱਥੇ ਜੇਲ੍ਹ ਦੇ ਵਿੱਚ, ਤੇ ਬਾਅਦ ਦੇ ਵਿੱਚ ਹੁਣ ਦੇਖੋ ਕੱਲ੍ਹ ਨੂੰ ਭੇਜ ਕੇ। ਹਾਂ, ਦੋ ਹੀ ਪੇਸ਼। ਧੰਨਵਾਦ, ਬਹੁਤ ਬਹੁਤ ਧੰਨਵਾਦ।